Hey guys, subscribe and press the bell icon to never miss a video from Gabru. ਸਾਡੀ ਪੰਜਾਬੀ ਇੰਡਸਟਰੀ ਵਿੱਚ ਬਹੁਤ ਘੱਟ ਅਜਿਹੇ ਆਰਟਿਸਟ ਨੇ ਜਿਨ੍ਹਾਂ ਦਾ ਪਹਿਲਾ ਗਾਣਾ ਹੀ ਸੁਪਰ ਡੂਪਰ ਹਿੱਟ ਹੋ ਜਾਂਦਾ ਹੈ ਤੇ ਅੱਜ ਮੈਂ ਇੱਕ ਅਜਿਹੇ ਆਰਟਿਸਟ ਦੀ ਗੱਲ ਕਰਨ ਜਾ ਰਹੀ ਹਾਂ ਜਿਸਨੇ ਆਪਣੇ ਪਹਿਲੇ ਗਾਣੇ ਨਾਲ ਹੀ ਸਭ ਦੇ ਦਿਲ ਜਿੱਤ ਲਏ ਸੀ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਗੁਰਜੈਜ਼ ਬਾਰੇ, ਜਿਨ੍ਹਾਂ ਦਾ ਪਹਿਲਾ ਗਾਣਾ ਇੰਚ ਦੀ ਕੀ ਗੱਲ ਇੰਨਾ ਜ਼ਿਆਦਾ ਸੁਪਰ ਡੂਪਰ ਹਿੱਟ ਹੋਇਆ ਸੀ ਕਿ ਉਸ ਟਾਈਮ ਇਹ ਗਾਣਾ ਬੱਚੇ ਬੱਚੇ ਦੀ ਜ਼ੁਬਾਨ ਤੇ ਸੀ। ਜੀ ਹਾਂ, ਤੇ ਹੁਣ ਗੁਰਜੈਜ਼ ਦੇ ਨਾਲ ਜੁੜੀ ਨਵੀਂ ਅਪਡੇਟ ਇਹ ਹੈ ਕਿ ਜਲਦ ਹੀ ਗੁਰਜੈਜ਼ ਸਾਨੂੰ ਆਪਣੇ ਅਗਲੇ ਗਾਣੇ ਦੇ ਨਾਲ ਐਂਟਰਟੇਨ ਕਰਨ ਵਾਲੇ ਨੇ। ਜੀ ਹਾਂ, ਇਸ ਗਾਣੇ ਦਾ ਟਾਈਟਲ ਹੋਵੇਗਾ ਯਾਰੀਆਂ। ਇਸ ਗੱਲ ਦੀ ਇਨਫੋਰਮੇਸ਼ਨ ਉਹਨਾਂ ਨੇ ਸਾਡੇ ਨਾਲ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇੱਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਆਓ ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਪੋਸਟ। ਉਹਨਾਂ ਨੇ ਆਪਣੀ ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ, ਨਵਾਂ ਗਾਣਾ ਯਾਰੀਆਂ ਬਹੁਤ ਜਲਦੀ, ਵਾਹਿਗੁਰੂ ਮੇਰ ਕਰੇ। ਇਸ ਗਾਣੇ ਨਾਲ ਜੁੜੀ ਹੋਰ ਕੋਈ ਡਿਟੇਲ ਹਜੇ ਗੁਰਜੈਜ਼ ਨੇ ਸਾਡੇ ਨਾਲ ਸ਼ੇਅਰ ਨਹੀਂ ਕੀਤੀ, ਪਰ ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਦਾ ਇਹ ਗਾਣਾ ਅਸੀਂ ਜਲਦ ਹੀ ਇੰਜੋਏ ਕਰਾਂਗੇ। ਇਸ ਤੋਂ ਇਲਾਵਾ ਹੁਣ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਰੀਸੈਂਟ ਸੌਂਗ ਦੀ, ਤੇ ਅਸੀਂ ਉਹਨਾਂ ਦਾ ਰੀਸੈਂਟ ਸੌਂਗ ਇੰਜੋਏ ਕੀਤਾ, ਗੁੱਸਾ ਜੱਟੀ ਦਾ। ਜੇ ਗੱਲ ਕਰੀਏ ਹੁਣ ਇਸ ਗਾਣੇ ਦੀਆਂ ਡਿਟੇਲਸ ਦੀ, ਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਸੀ ਕੇਵੀ ਸਿੰਘ ਨੇ ਅਤੇ ਇਸ ਗਾਣੇ ਦੇ ਲਿਰਿਕਸ ਨੂੰ ਲਿਖਿਆ ਸੀ ਰਾਣਾ ਨੇ। ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਸੀ ਆਰਿਸ਼ ਅਤੇ ਸੁੱਖੀ ਡੀ ਵੱਲੋਂ। ਇਹ ਗਾਣਾ ਕਾਫੀ ਜ਼ਿਆਦਾ ਸੁਪਰ ਡੂਪਰ ਹਿੱਟ ਰਿਹਾ ਅਤੇ ਸਭ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ। ਗੁਰਜੈਜ਼ ਦੇ ਹੁਣ ਤੱਕ ਸਾਰੇ ਹੀ ਗਾਣੇ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤੇ ਨੇ ਤੇ ਸਾਨੂੰ ਸਭ ਨੂੰ ਹੀ ਉਹਨਾਂ ਦੇ ਸਾਰੇ ਗਾਣੇ ਬਹੁਤ ਪਸੰਦ ਆਉਂਦੇ ਨੇ। ਹੁਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਕਈ ਸੁਪਰ ਹਿੱਟ ਸੌਂਗਸ ਸਭ ਵੱਲੋਂ ਹੀ ਬਹੁਤ ਪਸੰਦ ਕੀਤੇ ਗਏ ਸੀ, ਜਿਵੇਂ ਕਿ ਯਾਰਾਂ ਪਿੱਛੇ, ਪੁੱਛ ਨਾ, ਗੁੱਸਾ ਜੱਟੀ ਦਾ, ਇੰਚ ਦੀ ਕੀ ਗੱਲ ਅਤੇ ਕਈ ਹੋਰ। ਸਾਨੂੰ ਪੂਰੀ ਉਮੀਦ ਹੈ ਕਿ ਆਡੀਅੰਸ ਜਿੱਦਾਂ ਗੁਰਜੈਜ਼ ਦੇ ਬਾਕੀ ਪ੍ਰੋਜੈਕਟਸ ਨੂੰ ਪੂਰਾ ਪਿਆਰ ਦਿੰਦੀ ਹੈ, ਉਹਨਾਂ ਦੇ ਆਉਣ ਵਾਲੇ ਗਾਣੇ ਯਾਰੀਆਂ ਨੂੰ ਵੀ ਉਨਾ ਹੀ ਪਿਆਰ ਦੇਵੇਗੀ। ਅਸੀਂ ਤਾਂ ਬਹੁਤ ਐਕਸਾਈਟਿਡ ਹਾਂ ਗੁਰਜੈਜ਼ ਦੇ ਇਸ ਨਵੇਂ ਗਾਣੇ ਨੂੰ ਸੁਣਨ ਲਈ। ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।